ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਇੱਕ ਵਿਆਹਤਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ ਕਰੀਬ 2 ਸਾਲ ਪਹਿਲਾਂ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਜਸਕਰਨ ਸਿੰਘ ਦੇ ਨਾਲ ਹੋਇਆ ਸੀ ਅਤੇ ਲੜਕੀ ਦੇ ਘਰ ਵਾਲੇ ਦਾਜ ਤੇ ਗੱਡੀ ਦੀ ਮੰਗ ਨੂੰ ਲੈ ਕੇ ਅਕਸਰ ਪਰੇਸ਼ਾਨ ਕਰਦੇ ਸਨ। ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 3 ਵਾਰਾਂ ਕੁੜੀ ਆਈ ਆ, 1 ਵਾਰ 20 ਹਜ਼ਾਰ ਦੇ ਕੇ ਤੋਰਿਆ, 1 ਵਾਰ 15, ਹੁਣ ਵੀ ਕੁੜੀ ਨੂੰ ਇਹੋ ਦੱਬ ਕੇ ਦਿੰਦਾ ਸੀ ਕਿ ਮੈਨੂੰ ਪੈਸੇ ਲਿਆਓ, ਪੈਸੇ ਲਿਆਓ। ਇਸੇ ਕੁੜੀ ਨੂੰ ਕੌਣ ਦਬਕੇ ਮਾਰਦਾ ਸੀ? ਇਹਦਾ ਘਰ ਵਾਲਾ ਜਸਕਰਨ। ਕਿਹੜੇ ਪਿੰਡ ਤੋਂ ਨੇ ਉਹ? ਅਸੀਂ ਗੁਰੂ ਧਾੜੀਵਾਲ ਤੋਂ। ਅੱਛਾ, ਫਿਰ ਜੀ ਕੀ ਕੀਤਾ, ਕੀ ਗੱਲ ਹੋ ਗਈ ਫਿਰ ਉਹਨੂੰ? ਇਹਨਾਂ ਜੀ ਦਵਾਈ ਦੇ ਕੇ ਕੁੜੀ ਨੂੰ ਮਾਰਤਾ, ਸਾਨੂੰ ਤਾਂ ਅਸੀਂ ਕੰਮ ਕਾਰਾਂ 'ਤੇ ਗਏ ਹਾਂ, ਫੋਨ ਗਿਆ, ਇੱਕਦਮ ਤਾਂ ਇਕੱਠੇ ਨਹੀਂ ਹੋਣਾ ਇੱਕਦਮ ਨੇ, ਤਾਂ ਪਤਾ ਲੱਗਾ ਜੀ ਆਹ ਗੱਲ ਹੋ ਗਈ, ਇਹਨਾਂ ਦਵਾਈ ਦਿੱਤੀ ਆਪ। ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਾਨੂੰ ਇਹ ਕਿ ਆਪਣਾ ਹੱਕ ਮਿਲਿਆ ਜਾਵੇ। ਮਸਲਾ ਇਹ ਜੀ ਵੀ ਸਾਡਾ ਜਵਾਈ ਸਾਹਿਬ ਜਿਹੜਾ ਤੰਗ ਬੜਾ ਕਰਦਾ ਸੀ ਮੇਰੀ ਬੇਟੀ ਨੂੰ, ਅਤੇ ਉਹ ਤੋਂ 2-3 ਵਾਰੀ ਪੈਸੇ ਪਹਿਲਾਂ ਪਹੁੰਚਾਏ, ਅਤੇ ਹੁਣ ਵੀ ਫਿਰ ਉਹਨੂੰ ਵਿਚਾਰੀ ਨੂੰ ਤੰਗ ਕਰਦਾ ਵੀ ਪੈਸੇ ਲਿਆ, ਅਤੇ ਉਹਦੇ ਨਾਲ ਉਹ ਰਾਤ ਮਾਰਕੁੱਟ ਕੀਤੀ ਅਤੇ ਦਿਨੇ ਫਿਰ ਉਹਨਾਂ ਵੇਖਿਆ ਵੀ ਇਹ ਪੈਸੇ ਨਹੀਂ ਲਿਆਉਂਦੀ, ਅਤੇ ਫਿਰ ਉਹਨੂੰ ਮਤਲਬ ਇਹਨਾਂ ਜ਼ਹਿਰੀਲੀ ਚੀਜ਼ ਦੇ ਕੇ ਕੋਈ ਖਵਾਤੀ, ਜੇ ਇਹਨਾਂ ਜਿਸ ਦੌਰਾਨ ਉਸਨੇ ਉਸੇ ਵੇਲੇ ਮੈਨੂੰ ਕਿਤੇ ਫੋਨ ਉਹਦੇ ਕੋਲ ਆ ਗਿਆ, ਅਤੇ ਉਹਨੇ ਮੈਨੂੰ ਫੋਨ ਕੀਤਾ ਵੀ ਮੈਨੂੰ ਪਾਪਾ ਦੀ ਦਵਾਈ ਦੇ ਦਿੱਤੀ ਹੈ ਅਤੇ ਮੈਨੂੰ ਮਤਲਬ ਬਚਾ ਦਿੱਤਾ ਜਾਵੇ, ਅਤੇ ਉਸੇ ਵੇਲੇ ਫਿਰ ਅਸੀਂ ਮੈਂ ਅਤੇ ਮੇਰੇ ਘਰ ਦੇ ਅਸੀਂ ਉਸੇ ਵੇਲੇ ਪਹੁੰਚ ਗਏ 10-15 ਮਿੰਟਾਂ 'ਚ, 7:30-8 ਵਜੇ ਦੇ ਕਰੀਬ, ਅਤੇ ਅਸੀਂ ਉਸੇ ਵੇਲੇ ਮੁੜ ਕੇ ਉਹਨੂੰ ਅਜਨਾਲਾ ਹੋਸਪਿਟਲ ਲਿਆਂਦਾ, ਗੁਲਾਟੀਆ ਹੋਸਪਿਟਲ। ਉੱਥੋਂ ਫਿਰ ਉਹਨੇ ਕਹਿੰਦੇ ਵੀ ਨਹੀਂ ਸਾਡੇ ਵਾਸਤੇ ਰਹੋ, ਫਿਰ ਅਸੀਂ ਅੰਮ੍ਰਿਤਸਰ IV ਹਸਪਤਾਲ ਲੈ ਗਏ, ਅਤੇ ਇਹਦੇ ਨਾਲ ਸਾਨੂੰ ਇਨਸਾਫ ਦਿੱਤਾ ਜਾਵੇ। ਅਤੇ ਕੀ ਕਿਹਨਾਂ ਨੇ ਮਾਰਿਆ ਉਹਨੂੰ? ਉਹ ਦਿਲਬਾਜ ਸਿੰਘ, ਉਹਦਾ ਬੇਟਾ ਜਸਕਰਨ ਸਿੰਘ। ਕਿਹੜੇ ਪਿੰਡ ਤੋਂ? ਧਾੜੀਵਾਲ ਕਲੇਰ। ਅੱਛਾ ਜੀ, ਹੁਣ ਤੁਸੀਂ ਕੀ ਮੰਗ ਕਰਦੇ ਜੀ ਸਰਕਾਰ? ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਛੇਤੀ ਛੇਤੀ ਮਿਲਣਾ ਚਾਹੀਦਾ। ਲੜਕੀ ਆ ਜੀ ਗੁਰਲੀਨ ਕੌਰ, ਉਹ 2-2.5 ਸਾਲ ਹੋ ਗਏ ਸੀ ਵਿਆਹੀ ਸੀ ਧਾੜੀਵਾਲ ਕਲੇਰ। ਇਹਨਾਂ ਦੇ ਬਾਪ ਬਲਵੰਤ ਸਿੰਘ, ਸਨ ਆਫ ਦਲੀਪ ਸਿੰਘ, ਕੌਮ ਜੱਟ ਵਾਸੀ ਉਗੋ ਰੌਲਖ ਨੇ ਸਾਨੂੰ ਕੱਲ੍ਹ ਬਿਆਨ ਦਰਜ ਕਰਾਇਆ ਕਿ ਸਾਡੀ ਲੜਕੀ ਜੋ ਧਾੜੀਵਾਲ ਵਿਆਹੀ ਸੀ ਜਸਕਰਨ ਸਿੰਘ ਦੇ ਨਾਲ, ਅਤੇ ਜਸਕਰਨ ਸਿੰਘ ਹੁਣੀ ਪਹਿਲਾਂ ਤੰਗ ਪਰੇਸ਼ਾਨ ਕਰਦੇ ਸੀ, ਅਤੇ ਕੱਲ੍ਹ ਉਹਨਾਂ ਨੇ ਕੋਈ ਜ਼ਹਿਰੀਲੀ ਦਵਾਈ ਦੇ ਕੇ ਮਾਰਤੀ ਆ, ਉਹਦੇ ਪ੍ਰਤੀ ਅੱਜ ਕੱਲ੍ਹ ਦਾ ਪਰਚਾ ਦਰਜ ਕੀਤਾ ਹੈ, ਪੋਸਟਮਾਰਟਮ ਅੱਜ ਹੋਇਆ ਵਾ। ਹਾਂਜੀ, ਅਤੇ ਕੀ ਕੋਈ ਗ੍ਰਿਫਤਾਰੀ ਹੋਈ ਹੈ ਜੀ ਇਹਦੇ ਚੱਕਰ 'ਚ? ਨਹੀਂ, ਗ੍ਰਿਫਤਾਰੀ ਨਹੀਂ ਹੋਈ ਅਜੇ, ਘਰ ਤੋਂ ਫਰਾਰ ਨੇ, ਬਸ ਹੁਣ ਕਰਦੇ ਹਾਂ ਜੀ ਗ੍ਰਿਫਤਾਰੀ। ਕਿਹੜੀ ਧਾਰਾ 'ਤੇ ਪਰਚਾ ਕੀਤਾ ਗਿਆ ਜੀ? ਧਾਰਾ 304B 34 IPC ਥਾਣਾ ਜਨਾਲਾ ਦਰਜ ਹੋਇਆ ਜੀ।